ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼ ਅਤੇ ਮੈਂ ਹਾਂ ਸਨਮਜੀਤ ਸਿੰਘ। ਸਭ ਤੋਂ ਪਹਿਲਾਂ ਤਾਂ ਲੁਧਿਆਣਾ ਟਾਈਮਜ਼ ਦੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਜਿਵੇਂ ਅਸੀਂ ਇਸ ਵੇਲੇ ਮੌਜੂਦ ਹਾਂ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ, ਜਿੱਥੇ ਸੰਗਤਾਂ ਦਾ ਜਿਹੜਾ ਹਜੂਮ ਜਿਹੜਾ ਉਮੜਿਆ ਹੋਇਆ, ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਸ਼ਾਲ ਜਿਹੜਾ ਸੰਗਤਾਂ ਦਾ ਹਜੂਮ ਹੈ, ਇੱਥੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਿਹਾ। ਆਪਣੇ ਨਵੇਂ ਸਾਲ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਸੰਗਤਾਂ ਆਪਣੇ ਨਵੇਂ ਸਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਕਰ ਰਹੀਆਂ ਹਨ। ਤਸਵੀਰਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਬਹੁਤ ਹੀ ਮਨਮੋਹਕ ਜਿਹੜੀ ਸਜਾਵਟ ਕੀਤੀ ਗਈ ਹੈ ਗੁਰਦੁਆਰਾ ਸਾਹਿਬ ਦੀ, ਬਹੁਤ ਹੀ ਖੂਬਸੂਰਤ ਫੁੱਲਾਂ ਨਾਲ ਜਿਹੜਾ ਕਿ ਗੁਰਦੁਆਰੇ ਨੂੰ ਸਜਾਇਆ ਗਿਆ ਹੈ, ਤਾਂ ਕਿ ਸੰਗਤਾਂ ਦਾ ਜਿਹੜਾ ਮਨ ਹੈਗਾ ਉਹ ਤ੍ਰਿਪਤ ਹੋ ਸਕੇ ਇੱਥੇ ਗੁਰਦੁਆਰਾ ਸਾਹਿਬ ਪਹੁੰਚ ਕੇ। ਜਿਵੇਂ ਹੁਣ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਰਹੇ ਹੋ ਕਿ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਵਿਸ਼ਾਲ ਸੰਗਤਾਂ ਦਾ ਇਕੱਠ ਜਿਹੜਾ ਇਸ ਸਮੇਂ ਹੈ, ਰਾਤ ਨੂੰ ਕਰੀਬ 12 ਵਜੇ ਵੀ, ਨਵੇਂ ਸਾਲ ਦੀ ਸ਼ੁਰੂਆਤ ਵੇਲੇ ਵੀ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਇੱਥੇ ਲੋਕ ਜਿਹੜੇ ਮੌਜੂਦ ਸਨ। ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਮਗਨ ਹੋ ਕੇ ਲੋਕਾਂ ਨੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਇੱਥੇ ਕੀਤੀ ਸੀ, ਉਸੇ ਤਰ੍ਹਾਂ ਹੀ ਅੱਜ ਵੀ ਸਵੇਰ ਤੋਂ ਲਗਾਤਾਰ ਸੰਗਤਾਂ ਦਾ ਜਿਹੜਾ ਹਜੂਮ ਉਹ ਇੱਥੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਰਿਹਾ ਹੈ। ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਲੋਕ ਜਿਹੜੇ ਲਗਾਤਾਰ ਪੁੱਜ ਰਹੇ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ। ਕੁਝ ਲੋਕਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਕਿ ਉਹਨਾਂ ਨੇ ਆਪਣਾ ਨਵਾਂ ਸਾਲ ਕਿਸ ਤਰ੍ਹਾਂ ਮਨਾਇਆ। ਇੱਥੇ ਸਾਡੇ ਨਾਲ ਇੱਕ ਬੱਚਾ ਮੌਜੂਦ ਹੈ, ਇਹ ਪਾਠ ਸੁਣਾਉਣਾ ਚਾਹ ਰਹੇ ਆ। ਸੁਣਾਇਓ ਬੇਟਾ, ਕੀ ਨਾਮ ਹੈ ਤੁਹਾਨੂੰ ਤੁਹਾਡਾ? ਸਾਹਿਬ। ਪਾਠ ਸੁਣਾਇਓ। ਏਕਮ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਤ ਜਿਨੀ ਸਭੰ ਗੁਰ ਪ੍ਰਸਾਦ ਜਪ ਆਦ ਸੱਚ ਗਾਥ ਹੈ ਵੀ ਸੱਚ ਨਾਨਕ ਕਰਸੀ ਵੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੇ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇਨ ਲਾਮ ਲਿਫਤਾ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਪਾਨ ਸਹਿਨ ਸਿਆਲ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਸ ਚਿਹਰਾ ਹੋਈਏ ਕਿ ਪੂਰੇ ਟੁੱਟੇ ਪਾਰ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਤੁਸੀਂ ਕੱਲ ਕਿਵੇਂ ਨਿਊ ਈਅਰ ਮਨਾਇਆ? ਕੱਲ ਲੰਗਰ ਵਰਤਾਇਆ ਹਮਨੇ। ਅੱਛਾ, ਹੈਪੀ ਨਿਊ ਈਅਰ ਕਰ ਦੋ ਸਾਰਿਆਂ ਨੂੰ। ਹੈਪੀ ਨਿਊ ਈਅਰ। ਥੈਂਕ ਯੂ। ਲੋਕਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਉਹਨਾਂ ਨੇ ਕੱਲ ਆਪਣਾ ਨਵਾਂ ਸਾਲ ਕਿਸ ਤਰ੍ਹਾਂ ਮਨਾਇਆ। ਸਰ, ਕੀ ਨਾਮ ਹੈ ਤੁਹਾਡਾ? ਪ੍ਰਿੰਸ ਕੁਮਾਰ ਜੀ। ਸਰ, ਤੁਸੀਂ ਨਵਾਂ ਸਾਲ ਕਿਵੇਂ ਮਨਾਇਆ? ਨਵਾਂ ਸਾਲ ਅਸੀਂ ਨਹਾ ਧੋ ਕੇ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ, ਲੰਗਰ ਖਾਧਾ, ਬਾਕੀ ਸਭ ਦਾ ਭਲਾ ਚਾਹੀਦਾ ਸਭ ਨੂੰ। ਨਵੇਂ ਸਾਲ ਦੇ ਸਭ ਲਈ ਖੁਸ਼ੀਆਂ ਭਰਿਆ ਆਵੇ, ਖੁਸ਼ੀਆਂ ਭਰਿਆ ਆਵੇ। ਨਹੀਂ, ਤੁਸੀਂ ਜਿਵੇਂ ਦੇਖਿਆ ਹੋਣਾ ਕਿ ਨਵੇਂ ਸਾਲ ਦੇ ਲੋਕ ਸ਼ਰਾਬਾਂ ਪੀ ਕੇ ਜਾਂ ਪਾਰਟੀਆਂ ਕਰਕੇ ਮਨਾਉਂਦੇ ਨੇ, ਕਿਵੇਂ ਤੁਹਾਡੇ ਹਿਸਾਬ ਨਾਲ ਕਿਵੇਂ ਨਵਾਂ ਸਾਲ ਮਨਾਉਣਾ ਚਾਹੀਦਾ? ਨਵਾਂ ਸਾਲ ਦਾ ਗੁਰੂ ਦੇ ਘਰ 'ਚ ਹੀ ਮਨਾਉਣਾ ਚਾਹੀਦਾ ਜੀ, ਆ ਕੇ ਮਨਾਉਣਾ ਚਾਹੀਦਾ। ਪਰਮਾਤਮਾ ਸਭ ਤੋਂ ਉੱਪਰ ਹੈ, ਪਰਮਾਤਮਾ ਦੀ ਨਵੇਂ ਸਾਲ ਨਵੇਂ ਸਾਲ ਵਾਲੇ ਦਿਨ ਇਹ ਕੰਮ ਨਹੀਂ ਕਰਨਾ ਚਾਹੀਦਾ, ਦਾਰੂ ਪੀਣੀ ਚਾਹੀਦੀ, ਨਸ਼ਾ ਨਹੀਂ ਕਰਨਾ ਚਾਹੀਦਾ। ਨਵਾਂ ਸਾਲ ਤਾਂ ਰੱਬ ਦੇ ਘਰ ਆ ਕੇ ਸੇਵਾ ਕਰੇ ਕਿ ਪਰਮਾਤਮਾ ਸਭ ਪਰਿਵਾਰ ਵਧੀਆ ਰਹੇ, ਸਹੀ ਰਹੇ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸੰਗਤਾਂ ਜਿਹੜੀਆਂ ਕਿ ਵੱਡਾ ਇਕੱਠ ਸੰਗਤਾਂ ਦਾ ਜਿਹੜਾ ਇੱਥੇ ਸ਼੍ਰੀ ਗੁਰੂ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜ ਰਿਹਾ। ਤਾਂ ਅੱਜ ਦੀ ਖਾਸ ਰਿਪੋਰਟ ਵਿੱਚ ਇੰਨਾ ਹੀ।
ਵਧੇਰੇ ਅਪਡੇਟਸ ਲਈ ਤੁਸੀਂ ਲੁਧਿਆਣਾ ਟਾਈਮਸ ਦੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ ਦੇ ਨਾਲ ਕੈਮਰਾਮੈਨ ਕੁਵਰਜੋਤ ਸਿੰਘ, ਲੁਧਿਆਣਾ ਟਾਈਮਸ।